ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਖਰੀਆਂ 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 ਦੇ ਵਿੱਚ ਗੱਲ ਕਰਦੇ ਹਾਂ। ਗੁਰਦਾਸ ਮਾਨ ਦਾ ਉਹ ਗੀਤ ਆਪਾਂ ਕਿਵੇਂ ਭੁੱਲ ਸਕਦੇ ਹਾਂ, ਆ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ, ਬਾਬੇ ਭੰਗੜਾ ਪਾਉਂਦੇ ਨੇ। ਔਰ ਜਦੋਂ ਵੀ ਖੁਸ਼ੀ ਦਾ ਮੌਕਾ ਹੁੰਦਾ ਹੈ, ਇਹ ਪੰਜਾਬੀਆਂ ਦੇ ਖੂਨ ਵਿੱਚ ਹੀ ਹੈ ਕਿ ਜਦੋਂ ਵੀ ਖੁਸ਼ੀ ਦਾ ਮੌਕਾ ਹੁੰਦਾ ਹੈ, ਪੰਜਾਬੀ ਲੋਕ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਦੇ। ਉਹਨਾਂ ਦੀ ਯਾਨੀ ਕਿ ਨੱਚਣ ਦੀ ਜਿਹੜੀ ਫਿਤਰਤ ਹੈ ਉਹ ਆਰੰਭ ਹੋ ਜਾਂਦੀ ਹੈ, ਸ਼ੁਰੂ ਹੋ ਜਾਂਦੀ ਹੈ, ਔਰ ਜਿਸ ਤੋਂ ਬਾਅਦ ਉਹ ਆਪੇ 'ਚੋਂ ਬਾਹਰ ਹੁੰਦੇ ਨੇ, ਫਿਰ ਨੱਚ ਉੱਠਦੇ ਨੇ। ਔਰ ਇਸੇ ਤਰ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜੀ। ਉਸ ਵੀਡੀਓ ਦੇ ਵਿੱਚ ਉਸ ਬਾਬੇ ਨੇ ਨੌਜਵਾਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਔਰ ਖੁਦ ਭੰਗੜਾ ਪਾਉਣਾ ਉਸਨੇ ਸ਼ੁਰੂ ਕਰ ਦਿੱਤਾ। ਵੇਖੋ ਵਾਇਰਲ ਵੀਡੀਓ। ਸੋ ਦੋਸਤੋ, ਵਾਕਿਆ ਇਸ ਤਰ੍ਹਾਂ ਦੇ ਭੰਗੜੇ ਨੂੰ ਵੇਖ ਕੇ ਜੋਸ਼ ਤਾਂ ਹਰ ਇੱਕ ਦੇ ਵਿੱਚ ਆ ਜਾਂਦਾ ਹੈ, ਪਰ ਇਸ ਬਾਬੇ ਨੇ ਤਾਂ ਕਰ ਦਿੱਤੀ ਹੈ ਕਮਾਲ।